ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਬੈੱਲ ਦੇ ਆਈਕੋਨ 'ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਵੀਡੀਓਜ਼ ਅਲਰਟ ਯੂਟਿਊਬ ਚੈਨਲ 'ਤੇ ਬਹੁਤ ਬਹੁਤ ਸਵਾਗਤ ਹੈ। ਤਾਂ ਕਰੋ ਨੋਟ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ। ਤਾਂ ਪਿੰਡ ਬੁੱਧ ਸਿੰਘ ਵਾਲਾ ਦੇ ਕਬੱਡੀ ਕੱਪ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਘੋਲੀਆ ਕਲਾਂ ਅਤੇ ਖਿਆਲੀ ਵਾਲਾ ਦੀਆਂ ਟੀਮਾਂ, ਜਿਨ੍ਹਾਂ ਵਿੱਚੋਂ ਫਸਟ ਰਹੀ ਘੋਲੀਆ ਕਲਾਂ, ਜਿਸ ਨੇ 10 ਅੰਕ ਲਏ ਅਤੇ 41,000 ਰੁਪਏ ਦਾ ਇਨਾਮ ਦਿੱਤਾ ਗਿਆ, ਅਤੇ ਸੈਕਿੰਡ ਰਹੀ ਖਿਆਲੀ ਵਾਲਾ ਦੀ ਟੀਮ, ਜਿਸ ਨੇ 6.5 ਅੰਕ ਲਏ ਅਤੇ 31,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਇਸ ਕੱਪ ਦਾ ਬੈਸਟ ਰੇਡਰ ਨਿਕਲਿਆ ਐਂਤਰ ਜਨੇਤਪੁਰਾ ਅਤੇ ਗੋਰਾ ਜੰਡ ਵਾਲਾ ਜੁਆਇੰਟ। ਅਤੇ ਇਸ ਕੱਪ ਦਾ ਬੈਸਟ ਸਟੋਪਰ ਨਿਕਲਿਆ ਗੁਰਵਿੰਦਰ ਘੋਲੀਆ ਕਲਾਂ, ਹਰਮਨ ਘੋਲੀਆ ਕਲਾਂ ਜੁਆਇੰਟ। ਬੈਸਟ ਰੇਡਰ ਅਤੇ ਸਟੋਪਰ ਨੂੰ ਵਾਸ਼ਿੰਗ ਮਸ਼ੀਨਾਂ ਸੀ। ਅਤੇ ਪਿੰਡ ਘੋਲੀਆ ਕਲਾਂ ਦੀ ਟੀਮ ਵਿੱਚ ਸੋਨਾ ਬਾਂਦਰ ਡੋਡ, ਐਂਤਰ ਜਨੇਤਪੁਰਾ, ਗੁਰਵਿੰਦਰ ਘੋਲੀਆ, ਹਰਮਨ ਅਤੇ ਬਿੱਟੂ ਖੇਡੇ। ਅਤੇ ਖਿਆਲੀ ਵਾਲਾ ਦੀ ਟੀਮ ਵਿੱਚ ਨਿੱਕੂ ਕਲਿਆਣ, ਗੋਰਾ ਜੰਡ ਵਾਲਾ, ਗੁਰਵਾਜ ਅਤੇ ਸਵਰਾਣਾ ਖੇਡੇ। ਅਤੇ ਅੱਜ ਦੇ ਦੂਜੇ ਕਬੱਡੀ ਕੱਪ ਖੋਖਰ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸਮਾਣਾ ਖੁਰਦ ਅਤੇ ਮਣਾਣਾ ਦੀਆਂ ਟੀਮਾਂ, ਜਿਨ੍ਹਾਂ ਵਿੱਚੋਂ ਫਸਟ ਰਹੀ ਸਮਾਣਾ ਖੁਰਦ, ਜਿਸ ਨੂੰ 71,000 ਰੁਪਏ ਦਾ ਇਨਾਮ, ਅਤੇ ਸੈਕਿੰਡ ਰਹੀ ਮਣਾਣਾ, ਜਿਸ ਨੂੰ 51,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਇਸ ਕੱਪ ਦਾ ਬੈਸਟ ਰੇਡਰ ਨਿਕਲਿਆ ਲਾਲੀ ਸਮਾਣਾ ਅਤੇ ਡੱਲੀ ਕਕਰਾਲੀ। ਅਤੇ ਇਸ ਕੱਪ ਦਾ ਬੈਸਟ ਟੋਪਰ ਨਿਕਲਿਆ ਸ਼ੇਰੂ ਧਨੌਰੀ ਅਤੇ ਅਵਤਾਰ ਜੀਰਕਪੁਰ। ਬੈਸਟ ਰੇਡਰ ਅਤੇ ਸਟੋਪਰ ਨੂੰ 11,000 ਰੁਪਏ ਦੀ ਕੈਸ਼ ਰਾਸ਼ੀ ਦੇ ਕੇ ਸਨਮਾਨ ਕੀਤਾ ਗਿਆ। ਅਤੇ ਸਮਾਣਾ ਦੀ ਟੀਮ ਵਿੱਚ ਸ਼ੇਰੂ ਧਨੌਰੀ, ਅਵਤਾਰ ਜੀਰਕਪੁਰ, ਡਾਲੀ ਕਕਰਾਲੀ, ਬਨੀ ਸਮਾਣਾ ਅਤੇ ਲਾਲੀ ਖੇਡੇ। ਅਤੇ ਮਣਾਣਾ ਦੀ ਟੀਮ ਵਿੱਚ ਪੰਮਾ ਸੁਹਾਣਾ, ਹੈਪੀ ਸੈਂਪਲੀ ਸਾਹਿਬ, ਫੌਜੀ ਸਿਉਨ ਮਾਜਰਾ, ਦਲਵੀਰ ਮਣਾਣਾ, ਸਤਿੰਦਰ ਮਣਾਣਾ ਅਤੇ ਪੁੱਡਾ ਮਣਾਣਾ ਖੇਡੇ। ਅਤੇ ਅੱਜ ਦੇ ਤੀਜੇ ਕਬੱਡੀ ਕੱਪ ਕਰੀਪੁਰ ਡੰਮ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਝੁਨੀਰ ਅਤੇ ਗੁਰਮਾ ਦੀਆਂ ਟੀਮਾਂ, ਜਿਨ੍ਹਾਂ ਵਿੱਚੋਂ ਫਸਟ ਰਹੀ ਝੁਨੀਰ ਦੀ ਟੀਮ, 15 ਅੰਕ ਲਏ ਅਤੇ 35,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਸੈਕਿੰਡ ਰਹੀ ਗੁਰਮਾ ਦੀ ਟੀਮ, ਜਿਸ ਨੇ 9.5 ਅੰਕ ਲਏ ਅਤੇ 25,000 ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਕੱਪ ਦਾ ਬੈਸਟ ਰੇਡਰ ਨਿਕਲਿਆ ਬਿੱਲਾ ਢੱਡੇ ਅਤੇ ਬੈਸਟ ਟੋਪਰ ਨਿਕਲਿਆ ਜੀਤ ਕੋਟਲੀ, ਜਿਸ ਨੇ 5 ਟੱਚ ਲੈ ਕੇ 3 ਜੱਫੇ ਲਾਏ। ਬੈਸਟ ਰੇਡਰ ਅਤੇ ਸਟੋਪਰ ਲਈ LED ਸੀ। ਅਤੇ ਗੁਰਮਾ ਦੀ ਟੀਮ ਵਿੱਚ ਸੋਨੀ, ਘਨੌਸ, ਭਿੰਦੀ, ਭਦੌੜ, ਸੁਖਮਣ, ਮੀਰਾਪੁਰ ਕਲਾਂ, ਭਾਊ ਅਤੇ ਸੀਪਾ ਖੇਡੇ। ਅਤੇ ਝੁਨੀਰ ਦੀ ਟੀਮ ਵਿੱਚ ਜੀਤ ਕੋਟਲੀ, ਬਿੱਲਾ ਢੱਡੇ, ਕੰਮੀ ਤਾਸਪੁਰ, ਗੋਲਡੀ ਝੁਨੀਰ ਅਤੇ ਜੱਗਾ ਖੇਡੇ। ਅਤੇ ਅੱਜ ਦੇ ਚੌਥੀ ਕਬੱਡੀ ਕੱਪ ਮਹੀਮ ਦੇ ਕੱਪ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਭਗਵਾਨਪੁਰਾ ਅਤੇ ਫਗਵਾੜਾ ਦੀਆਂ ਟੀਮਾਂ, ਜਿਨ੍ਹਾਂ ਵਿੱਚੋਂ ਫਸਟ ਰਹੀ ਭਗਵਾਨਪੁਰਾ, 37.5 ਅੰਕ ਲਏ ਅਤੇ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਸੈਕਿੰਡ ਰਹੀ ਫਗਵਾੜਾ ਦੀ ਟੀਮ, ਜਿਸ ਨੇ 23 ਅੰਕ ਲਏ ਅਤੇ 1,00,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਇਸ ਕੱਪ ਦਾ ਬੈਸਟ ਰੇਡਰ ਨਿਕਲਿਆ ਰਾਜੂ ਕੋਟਲਾ ਪੜੀ ਅਤੇ ਗੁਰਲਾਲ ਸੋਹਲ। ਅਤੇ ਇਸ ਕੱਪ ਦਾ ਬੈਸਟ ਟੋਪਰ ਨਿਕਲਿਆ ਰਾਜਾ ਪੰਦੇਰੀ, ਜਿਸ ਨੇ 9 ਟੱਚ ਲੈ ਕੇ 5 ਜੱਫੇ ਲਾਏ। ਬੈਸਟ ਰੇਡਰ ਅਤੇ ਸਟੋਪਰ ਲਈ ਮੋਟਰਸਾਈਕਲ ਸੀ। ਅਤੇ ਬਾਬਾ ਭਗਵਾਨ ਸਿੰਘ ਕਲੱਬ ਭਗਵਾਨਪੁਰਾ ਦੀ ਟੀਮ ਵਿੱਚ ਅਰਸ ਚੋਲਾ ਸਾਹਿਬ, ਅਮਰਤ ਔਲਖ, ਲੱਖਾ ਚੀਮਾ, ਰਾਜਾ ਪੰਧੇਰੀ
ਗੁਰਲਾਲ ਸੋਲ, ਰਾਜੂ ਕੋਟਲਾ ਭਰੀ, ਮਨਜੋਤ ਮਾਛੀਵਾੜਾ, ਨਿਰਮਲ ਲੁਪੋ ਕੇ ਖੇਡੇ ਅਤੇ ਸੁਖਚੈਨਿਆਣਾ ਕਲੱਬ ਫਗਵਾੜਾ ਦੀ ਟੀਮ ਵਿੱਚ ਬਾਗੀ ਪਰਮਜੀਤਪੁਰਾ, ਰਾਜਾ ਭੰਡਾਲ ਦੋਨਾ, ਜੱਗਾ ਰੰਧਾਵਾ, ਗੱਗੂ ਬਲੇਰ ਖਾਨਪੁਰ, ਗੋਗੋ ਰੁੜਕੀ, ਸੁੱਖਾ ਭੰਡਾਲ ਦੋਨਾ, ਨੈਲਾ ਜੋਗੇਵਾਲ, ਸੋਨੀ ਭੰਡਾਲ ਦੋਨਾ, ਸੰਦੀਪ ਅਵਾਨ, ਅਲੀ ਲਾਬਾ, ਆਸ਼ੂ ਝੁਨੇਰ, ਸਿੱਪੀ ਕੋਟਕਲਾਂ ਖੇਡੇ ਅਤੇ ਅੱਜ ਦੇ ਪੰਜਵੇਂ ਕਬੱਡੀ ਕੱਪ ਗੋਨਾ ਚੱਕ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸ਼ਾਹਕੋਟ ਲੋਇਨਸ ਅਤੇ ਰੋਇਲ ਕਿੰਗ USA ਦੀਆਂ ਟੀਮਾਂ, ਜਿਨ੍ਹਾਂ ਵਿੱਚੋਂ ਫਸਟ ਰਹੀ ਸ਼ਾਹਕੋਟ ਲੋਇਨਸ ਦੀ ਟੀਮ, ਜਿਸ ਨੇ 39 ਅੰਕ ਲਏ ਅਤੇ 1,00,000 ਰੁਪਏ ਦਾ ਇਨਾਮ ਦਿੱਤਾ ਗਿਆ, ਅਤੇ ਸੈਕਿੰਡ ਰਹੀ ਰੋਇਲ ਕਿੰਗ USA ਦੀ ਟੀਮ, ਜਿਸ ਨੇ 31.5 ਅੰਕ ਲਏ ਅਤੇ 75,000 ਰੁਪਏ ਦਾ ਇਨਾਮ ਦਿੱਤਾ ਗਿਆ। ਅਤੇ ਇਸ ਕੱਪ ਦੇ ਬੈਸਟ ਰੇਡਰ ਨਿਕਲਿਆ ਸੁਲਤਾਨ ਸਮਸਪੁਰ, ਜਿਸ ਨੇ 14 ਰੇਡਾਂ ਪਾ ਕੇ 14 ਅੰਕ ਲਏ ਅਤੇ ਸੰਦੀਪ ਲੂਦਰ ਦੇ 15 ਰੇਡਾਂ 14 ਪੁਆਇੰਟ ਸੀ। ਅਤੇ ਬੈਸਟ ਸਟੋਪਰ ਨਿਕਲਿਆ ਲੱਖਾ ਸਰਾਵਾਂ, ਜਿਸ ਨੇ 10 ਟੱਚ ਲੈ ਕੇ 4 ਜੱਫੇ ਲਾਏ। ਅਤੇ ਬਾਬਾ ਸੁਖਚੈਨ ਦਾਸ ਸ਼ਾਹਕੋਟ ਲੋਇਨਸ ਦੀ ਟੀਮ ਵਿੱਚ ਸੰਦੀਪ ਲੂਦਰ, ਸੁਲਤਾਨ ਸਮਸਪੁਰ, ਸੁਖਵੀਰ ਚੌਹਾਨ, ਫੌਜੀ ਸਾਮ ਚੁਰਾਸੀ, ਸ਼ਰਨਾ ਡੱਗੋ ਰਮਾਣਾ, ਫੂਲਾ ਸੂਸਕ, ਸੀਪਾ ਥੰਡੇਵਾਲ, ਲੱਖਾ ਸਰਾਵਾਂ, ਅੰਮ੍ਰਿਤ ਔਲਖ, ਫਤਿਹਗੜ੍ਹ ਛੰਨਾ, ਚਿਰਾਗ ਦੀਨ ਮਈਆਂ ਵਾਲਾ ਖੇਡੇ। ਅਤੇ ਰੋਇਲ ਕਿੰਗ USA ਦੀ ਟੀਮ ਵਿੱਚ ਕਮਲ ਟਿੱਬਾ, ਤਾਰੀ ਖੀਰਾਂ ਵਾਲੀ, ਅਮਨ ਬਿੱਲੀ ਲੱਲੀਆਂ, ਮੇਜਰ ਧਾਲੀਵਾਲ ਬੇਟ, ਜੱਗਾ ਮੁੱਲੇਵਾਲ ਖਹਿਰਾ, ਨਾਟ ਝੋਟ ਛਪਾਰ, ਜੱਗੂ ਸ਼ੈਦੋਵਾਲ, ਗਗਨ ਸਭਰਾਵਾਂ, ਅੰਗਰੇਜ਼ ਖੀਰਾਂ ਵਾਲੀ, ਪੰਡਿਤ ਰੋੜੀਆਂ, ਮਨੂ ਸੰਧੂ ਚੱਠਾ ਖੇਡੇ। ਅਤੇ ਇਹ ਸੀ ਅੱਜ ਦੇ ਕਬੱਡੀ ਕੱਪਾਂ ਦੇ ਰਿਜ਼ਲਟ। ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਅਤੇ ਜੇਕਰ ਕੋਈ ਸਵਾਲ ਜਾਂ ਸੁਝਾਵ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਅਤੇ ਨਾਲ ਬਣੇ ਬੈਲ ਨੂੰ ਵੀ ਜ਼ਰੂਰ ਦਬਾ ਦਿਓ, ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ। ਤਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ।